विधानसभा चुनाव 2022 ਦੇ ਸਿਖਰ ਤੇ ਪਹੁੰਚ ਗਏ ਅੱਜ ਮੈਂ ਹਰਪ੍ਰੀਤ ਸਿੰਘ ਸੋਦਨ ਡਿਪਟੀ ਕਮਿਸ਼ਨਰ ਸ਼੍ਰੀ ਮੁਕਸਰ ਸਾਹਿਬ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਸਾਰੇ ਵੋਟਰਾਂ ਦੇ ਸਾਹਮਣੇ ਰੂਬਰੂ ਹੋਇਆ ਕੁਝ ਜ਼ਰੂਰੀ ਸੂਚਨਾਵਾਂ ਦੇਣ ਲਈ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਇਹ ਸੂਚਿਤ ਕਰਨਾ ਚਾਹਾਂਗਾ ਕਿ ਮਿਤੀ 20 ਫਰਵਰੀ 2022 ਨੂੰ साढे बे की विधानसभा चोन दो हज़ार बई दोटा का दिन है ये वोटिंग सवेरे अठ बजे तो शुरू होकर शामी छे बजे तक तो नज़दीकी बूथ पर की जाएगी हर बूथ पर बाकायदा चोन कमिशन की हदायतों के मुताबिक असी एक वोटर फैसिलिटेशन सेंटर स्थापित किया है जिथे कि थोड़े तो संबंधित बी एल ओ साहब बैठे हो ਤੇ ਉਹ ਤੁਹਾਨੂੰ ਕਿਹੜੇ ਬੂਥ ਤੇ ਤੁਹਾਡੀ ਵੋਟ ਪੈਣੀ ਹੈ ਉਹਦੇ ਬਾਰੇ ਸचेत ਕਰਨਗੇ ਤਸੰਗੇ ਅਸੀਂ ਬਜ਼ੁਰਗ ਅਤੇ ਪਰਸਨਸ ਵਿਦ ਡਿਸੇਬਿਲਟੀ ਲਈ ਕੁਝ ਵਿਸ਼ੇਸ਼ ਪ੍ਰਬੰਧ ਵੀ ਹਰ ਬੂਥ ਤੇ ਕੀਤੇ ਹਨ ਜਿਨ੍ਹਾਂ ਵਿੱਚੋਂ ਕੁਝ ਖਾਸ ਗੱਡੀਆਂ ਚਲਾਈਆਂ ਜਾਣਗੀਆਂ ਜਿਹੜੇ ਕੀ ਹਰ ਪੋਲਿੰਗ ਲੋਕੇਸ਼ਨ ਦੇ ਏਰੀਆ ਵਿੱਚ ਆਉਣ ਵਾਲੇ 80+ ਅਤੇ ਪਰਸਨਸ ਵਿਦ ਡਿਸੇਬਿਲਿਟੀ ਨੂੰ ਘਰੋਂ ਲੈ ਕੇ ਬੂਥ ਤੱਕ ਛੱਡਣਗੇ ਬੂਥ ਵਿੱਚ ਉਹਨਾਂ ਦੇ ਲਈ व्हीलचेयर्स ਦਾ ਪ੍ਰਬੰਧ ਕੀਤਾ ਗਿਆ ਹੈ ਤੇ ਵੌਲੰਟੀਅਰਸ ਉਹਨਾਂ ਦੇ ਨਾਲ व्हीलचेयर ਲੈ ਕੇ ਉਹਨਾਂ ਨੂੰ VOTING ਕਰਾਉਣ ਲਈ ਲੈ ਕੇ ਜਾਣਗੇ ਮੌਸਮ ਨੂੰ ਦੇਖਦੇ ਹੋਏ ਹਰ ਬੂਥ ਤੇ ਘੱਟੋ-ਘੱਟ 50 ਕੁਰਸੀਆਂ ਇੱਕ ਸ਼ਾਮਿਆਨੇ ਦਾ ਵੀ ਪ੍ਰਬੰਧ ਸਾਡੇ ਵੱਲੋਂ ਕੀਤਾ ਗਿਆ ਹੈ ਕੋਵਿਡ ਨੂੰ ਦੇਖਦੇ ਹੋਏ ਉਚਿਤ ਦੂਰੀ ਬਣਾਉਣ ਲਈ ਹਰ ਬੂਥ ਤੇ ਵਾਈਟ ਸਪੇਸ ਮਾਰਕਿੰਗ ਕੀਤੀ ਜਾਊਗੀ ਜਿਹੜੇ ਗੋਲਿਆਂ ਦੇ ਵਿੱਚ ਤੁਸੀਂ ਦੂਰੀ ਬਣਾਉਂਦੇ ਹੋਏ ਇੱਕ ਇੱਕ ਕਰਕੇ ਅੰਦਰ ਜਾਣਾ ਹੈ ਤੇ ਆਪਣੀ ਵੋਟ ਪਾਣੀ ਹੈ ਇਸ ਦੇ ਨਾਲ ਹੀ ਕੋਵਿਡ ਦੇ ਪ੍ਰੋਟੋਕਾਲ ਨੂੰ ਮੁੱਖ ਰੱਖਦੇ ਹੋਏ ਹਰ ਬੂਥ ਤੇ ਆਸ਼ਾ ਵਰਕਰਸ ਬੈਠੇ ਹੋਣਗੇ ਜਿਹੜੇ ਕੀ ਇਨਫਰਾ ਰੈਡ ਥਰਮਾਮੀਟਰ ਦੇ ਨਾਲ ਤੁਹਾਡਾ ਟੈਂਪਰੇਚਰ ਚੈੱਕ ਕਰਨਗੇ ਤੇ ਜੋ ਵੀ ਵਿਅਕਤੀ ਸੋ ਡਿਗਰੀ ਸੈਲਸੀਅਸ ਤੋਂ ਉੱਤੇ ਜਿਹਦਾ ਬੁਖਾਰ ਆਂਦਾ ਹੈ ਉਹਦੀ ਦੁਬਾਰਾ ਮੋੜ ਤੋਂ ਰੀਡਿੰਗ ਲੀਤੀ ਜਾਊਗੀ ਤੇ ਜੇ ਦੋ ਵਾਰ ਰੀਡਿੰਗ ਲੈਣ ਤੇ ਉਸਦਾ ਬੁਖਾਰ 100 ਤੋਂ ਉੱਤੇ ਹੀ ਆਂਦਾ ਹੈ ਤਾਂ ਉਸ ਨੂੰ ਇੱਕ ਟੋਕਨ ਦੇ ਕੇ ਘਰੇ ਭੇਜ ਦਿੱਤਾ ਜਾਊਗਾ ਇਹੋ ਜੇ ਵਿਅਕਤੀ ਸ਼ਾਮੀ ਆਖਰੀ ਘੰਟਾ ਜਿਹੜਾ 5 ਤੋਂ 6 ਦਾ ਹੈਗਾ ਪੋਲਿੰਗ ਦਾ ਉਸ ਵਿੱਚ ਆ ਕੇ ਹੀ ਆਪਣਾ ਮਤਦਾਨ ਕਰ ਸਕਦੇ ਨੇ ਇਸ ਦੇ ਨਾਲ ਹੀ ਹਰ ਪੋਲਿੰਗ ਬੂਥ ਤੇ ਆਂਗਣਵਾੜੀ ਵਰਕਰਸ ਦੀ ਡਿਊਟੀ ਲਗਾਈ ਗਈ ਹੈ ਤਾਂ ਕਿ ਜਿਹੜੀਆਂ ਭੈਣਾਂ ਆਪਣੇ ਨਾਲ ਛੋਟੇ ਬੱਚਿਆਂ ਨੂੰ ਲੈ ਕੇ ਆਣਗੀਆਂ ਵੋਟਾਂ ਪਾਣ ਉਹ ਬੇਫਿਕਰ ਹੋ ਕੇ ਵੋਟ ਪਾ ਸਕਣ ਉਹਨਾਂ ਦੇ ਬੱਚਿਆਂ ਦਾ ਉਹਨਾਂ ਸਮਾਂ ਖਿਆਲ ਆਂਗਣਵਾੜੀ ਵਰਕਰਸ ਵੱਲੋਂ ਪੂਰੀ ਤਨਦੇਹੀ ਨਾਲ ਰੱਖਿਆ ਜਾਵੇਗਾ ਮੈਂ ਅਪੀਲ ਕਰਾਂਗਾ ਹਰ ਵਰਗ ਦੇ ਵੋਟਰ ਚਾਹੇ ਉਹ ਪਹਿਲੀ ਵਾਰ ਨਵੇਂ ਬੱਚੇ ਜਿਹੜੇ ਯੂਥ ਹੈ ਸਾਡਾ ਫਰਸਟ ਟਾਈਮ ਵੋਟਰ 18 ਤੋਂ 19 ਸਾਲ ਦੇ ਹੋਣ ਜਾਂ ਸਾਡੇ ਬਜ਼ੁਰਗ ਜਿਹੜੇ ਕੀ ਆਪਣੀ ਉਮਰ ਦੇ ਜਿਹੜੇ ਇਸ ਪੜਾਪ ਵਿੱਚ ਵੀ ਉਨਾ ਹੀ ਹੁਸ਼ਿਆਰ ਰਖਦੇ ਨੇ ਕਿ ਉਹ ਆਕੇ ਇਸ ਡੈਮੋਕ੍ਰੇਸੀ ਦੇ ਫੈਸਟੀਵਲ ਜਿਹਨੂੰ ਅਸੀਂ ਲੋਕਤੰਤਰ ਦਾ ਤਿਉਹਾਰ ਕਹਿੰਦੇ ਆ ਉਹਦੇ ਵਿੱਚ ਭਾਗ ਲੈਂਦੇ ਆ ਉਹਨਾਂ ਸਾਰਿਆਂ ਨੂੰ ਹੀ ਬੇਨਤੀ ਹੈ ਕਿ ਬੂਥਾਂ ਤੇ ਪਹੁੰਚ ਕੇ ਜਾਬਤਾ ਕਾਇਮ ਰੱਖਦੇ ਹੋਏ ਤੁਸੀਂ ਆਪਣਾ ਮਤਦਾਨ ਕਰਨਾ ਇਸ ਵਾਰ ਜਿਹੜੀ ਵੋਟਰ ਆਈਡੈਂਟੀਫਿਕੇਸ਼ਨ ਸਲਿੱਪ ਹੈ ਜਿਹੜੀਆਂ ਅਸੀਂ ਜਿਹਨੂੰ ਵੋਟ ਸਲਿੱਪਾਂ ਵੀ ਕਹਿੰਦੇ ਆ ਉਹ ਤੁਹਾਡੇ ਸਾਰਿਆਂ ਤੱਕ ਤੁਹਾਡੇ ਬੀਐਲਓਜ਼ ਦੇ ਰਾਹੀਂ ਪਹੁੰਚਦੀਆਂ ਕੀਤੀਆਂ ਗਈਆਂ ਹਨ ਜ਼ਿਆਦਾਤਰ ਲੋਕਾਂ ਨੂੰ ਉਹ ਮਿਲ ਚੁੱਕੀਆਂ ਹੋਣਗੀਆਂ ਪਰ ਮੈਂ ਉਮੀਦ ਰੱਖਦਾ ਜਿਨ੍ਹਾਂ ਨੂੰ ਨਹੀਂ ਵੀ ਮਿਲੀਆਂ ਉਹਨਾਂ ਨੂੰ ਕੱਲ ਤੱਕ ਉਹ ਸਾਰੀਆਂ ਮਿਲ ਜਾਣਗੀਆਂ ਇਹ ਵੋਟਰ ਸਲਿੱਪਾਂ ਤੋਂ ਇਲਾਵਾ ਤੁਹਾਡਾ ਐਪਿਕ ਕਾਰਡ ਜਿਹੜਾ ਕਿ ਅਸੀਂ ਵੋਟਰ ਕਾਰਡ ਕਹਿੰਦੇ ਆ ਉਹ ਪਹਿਲਾਂ ਹੀ ਦਿੱਤਾ ਜਾ ਚੁੱਕਿਆ ਹੈ ਵੋਟ ਕਾਰਡ ਦਿਖਾ ਕੇ ਤੁਸੀਂ ਆਪਣੀ ਵੋਟ ਪਾ ਸਕਦੇ ਹੋ ਪਰ ਜੇ ਕਿਸੇ ਕਾਰਨ ਵਜh ਤੁਹਾਡੇ ਕੋਲ ਵੋਟ ਕਾਰਡ ਨਹੀਂ ਵੀ ਹੈਗਾ ਤਾਂ ਵੀ ਮਾਨਯੋਗ ਚੋਣ ਕਮਿਸ਼ਨ ਵੱਲੋਂ 12 ਵੱਖਰੇ ਵੱਖਰੇ ਆਈਡੈਂਟੀਟੀ ਕਾਰਡ ਨੂੰ ਮਾਨਤਾ ਪ੍ਰਾਪਤ ਕੀਤਾ ਗਿਆ ਹੈ ਮਾਨਤਾ ਦਿੱਤੀ ਗਈ ਹੈ ਜਿਨ੍ਹਾਂ ਨੂੰ ਦਿਖਾ ਕੇ ਤੁਸੀਂ ਆਪਣੀ ਵੋਟ ਪਾ ਸਕਦੇ ਹੋ ਇਹਨਾਂ ਵਿੱਚੋਂ ਆਧਾਰ ਕਾਰਡ ਮਨਰੇਗਾ ਦੀ ਜੌਬ ਕਾਰਡ ਜਿਹੜੇ ਸੱਜਣ ਪੈਨ ਆਪਣਾ ਇਨਕਮ ਟੈਕਸ ਭਰਦੇ ਹਨ ਉਹਨਾਂ ਦਾ ਪੈਨ ਕਾਰਡ ਤੁਹਾਡੀ ਬੈਂਕ ਦੀ ਪਾਸਬੁੱਕ ਜਾਂ ਡਾਕਖਾਨੇ ਵੱਲੋਂ ਜਾਰੀ ਕੀਤੀ ਗਈ ਪਾਸਬੁੱਕ ਸਿਹਤ ਬੀਮਾ ਯੋਜਨਾ ਦਾ ਜਿਹੜਾ ਕਾਰਡ ਹੈਗਾ ਜਿਹੜਾ ਕਿ ਕਿਰਤ ਮੰਤਰਾਲੇ ਵੱਲੋਂ ਜਾਰੀ ਕੀਤਾ ਗਿਆ ਉਹ ਕਾਰਡ ਤੁਹਾਡਾ ਡਰਾਈਵਿੰਗ ਲਾਇਸੈਂਸ ਤੁਹਾਡਾ ਪਾਸਪੋਰਟ ਤੁਹਾਡਾ ਜੇ ਤੁਸੀਂ ਸਰਕਾਰੀ ਮੁਲਾਜ਼ਮ ਹੋ ਤਾਂ ਤੁਹਾਡਾ ਜਿਹੜਾ ਸਰਵਿਸ ਦਾ ਪ੍ਰਮਾਣ ਪੱਤਰ ਹੈਗਾ ਉਹ ਤੁਹਾਡਾ 스마트 ਕਾਰਡ ਜਿਹਦੇ ਵਿੱਚ ਤੁਸੀਂ ਆਪਣਾ ਸੈਂਸਸ ਦਾ ਕੋਈ ਡਾਟਾ ਜਿਹੜਾ ਜਿਹਦੇ ਵਿੱਚ ਹੁੰਦਾ ਹੈ ਗਣਨ ਗਣਨਣਾ ਜਿਹੜੀ ਹੁੰਦੀ ਹੈ ਉਸਦੇ ਡੇਟਾ ਨੂੰ ਜੋ 스마트 ਕਾਰਡ ਬਣਦਾ ਹੈ ਉਹ ਹਲੇ ਸਾਡੇ ਸੂਬੇ ਵਿੱਚ ਨਹੀਂ ਹਰ ਵਿਅਕਤੀ ਕੋਲ ਹੈਗਾ ਪਰ ਜੇ ਉਹ ਤੁਹਾਡੇ ਕੋਲ ਹੋਵੇ ਉਹ ਵੀ ਕੋਈ ਵੀ ਪੈਨਸ਼ਨ ਸੰਬੰਧੀ ਦਸਤਾਵੇਜ਼ ਜੋ ਤੁਸੀਂ ਦਿਖਾ ਸਕੋ ਤੇ ਕੋਈ ਵੀ ਜਿਹੜੇ ਸਾਡੇ ਐਮਪੀ ਐਮਐਲਏ ਸਹਿਬਾਨ ਨੇ ਐਐਮਐਲਸੀ ਨੇ ਉਹਨਾਂ ਦਾ ਕੋਈ ਵੀ ਅਧਿਕਾਰਿਤ ਪਛਾਣ ਪੱਤਰ ਇਹ ਸਾਰੇ ਦਿਖਾ ਕੇ ਤੁਸੀਂ ਆਪਣਾ મતદાન ਕਰ ਸਕਦੇ ਹੋ इस तो अलावा कल शामी छे बजे तो लैके पोल खत्म होने तक ड्राई डे डेयर किया जा चुका है इस समय दौरान ना तो दारू की विक्री होगी ना ही कोई शराब का सेवन किया जा सकता है इस समय दौरान जे कोई शराब की विक्री शराब का सेवन शराब की वंड करता फड़िया गया ਤਾ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਦੇ ਹੋਏ ਫੌਜਦਾਰੀ ਮੁਕਦਮਾ ਤੁਰੰਤ ਦਰਜ ਕਰ ਦਿੱਤਾ ਜਾਊਗਾ ਅਤੇ ਉਸ ਨੂੰ ਹਿਰਾਸਤ ਵੀ ਲੈ ਲੈ ਜਾਊਗਾ ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਪੂਰੀ ਤੰਦੇਹੀ ਨਾਲ ਸਾਰੇ ਚੋਣਾਂ ਦੇ ਸਬੰਧੀ ਪ੍ਰਬੰਧ ਮੁਕੰਮਲ ਕਰ ਲਏ ਨੇ ਅਸੀਂ ਉਮੀਦ ਰੱਖਦੇ ਹਾਂ ਕਿ ਤੁਸੀਂ ਨਿਰਭਰ ਹੋ ਕੇ ਨਿਰਪੈ ਹੋ ਕੇ ਨਿਡਰ ਹੋ ਕੇ ਚੋਣਾਂ ਵਿੱਚ ਆਪਣਾ ਮਤਦਾਨ ਕਰੋਗੇ ਕੋਈ ਵੀ ਕੈਂਡੀਡੇਟ ਯਾਹ ਪੋਲਿਟਿਕਲ ਪਾਰਟੀ ਜੇ ਤੁਹਾਨੂੰ ਪੈਸੇ ਦੀ ਨਸ਼ੇ ਦੀ ਸ਼ਰਾਬ ਦੀ ਕਿਸੇ ਵੀ ਹੋਰ ਤਰ੍ਹਾਂ ਦੀ ਲਾਲਚ ਪ੍ਰਲੋਭਨ ਦਿੰਦੀ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਪ੍ਰਸ਼ਾਸਨ ਵੱਲੋਂ ਕੀਤੀ ਜਾਊਗੀ ਮੈਂ ਵੱਧ ਤੋਂ ਵੱਧ ਸਾਰੇ ਵੋਟਰਸ ਨੂੰ ਅਪੀਲ ਕਰਾਂਗਾ ਕਿ ਸੋਸ਼ਲ ਮੀਡੀਆ ਦੀ ਹੈਲਪ ਲਾਈਨ ਦੇ ਹੋਏ ਸਾਨੂੰ ਇਹੋ ਜੇ ਹੋਣ ਬਾਰੇ ਕਿਸੇ ਵੀ ਤਰ੍ਹਾਂ ਦੀ ਡਿਸਟ੍ਰਿਬਿਊਸ਼ਨ ਦਾ ਸਾਨੂੰ ਜਾਣਕਾਰੀ ਤੁਰੰਤ ਮੁਹੱਈਆ ਕਰਵਾਈ ਜਾਵੇ ਤਾਂ ਕਿ ਸਾਡੀਆਂ ਜਿਹੜੀਆਂ ਕੁਇਕ ਰਿਸਪੌਂਸ ਟੀਮਸ ਹੈਗੀਆਂ ਫਲਾਈਂਗ ਸਕਵਾਡ ਹੈਗੀਆਂ ਉਹ ਸਾਰੀਆਂ ਇਮੀਡੀਏਟ ਐਕਸ਼ਨ ਲੈ ਕੇ ਉੱਥੇ ਪਹੁੰਚ ਜਾਣ ਤੇ ਮੌਕੇ ਤੇ ਹੀ ਸੰਬੰਧਤ ਵਿਅਕਤੀ ਵਿਸ਼ੇਸ਼ ਨੂੰ ਫੜ ਕੇ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ ਆਖਰੀ ਦੇ 48 ਘੰਟੇ 72 ਘੰਟਿਆਂ ਦਾ ਜਿਹੜਾ ਪ੍ਰੋਟੋਕੋਲ ਹੈ ਉਹਦੇ ਵਿੱਚ ਮੈਂ ਸਾਰਿਆਂ ਨੂੰ ਸचेत ਕਰਦਾ ਕਿ ਦਫਾ 144 ਲਗਾਈ ਜਾ ਚੁੱਕੀ ਹੈ ਕੋਈ ਵੀ 5 ਜਾਂ 5 ਤੋਂ ਵੱਧ ਵਿਅਕਤੀ ਜਿਹੜੇ ਕੀ ਅਮਨ ਸ਼ਾਂਤੀ ਨੂੰ ਖਤਰਾ ਪੈਦਾ ਕਰਨ ਦੀ ਮਨਸ਼ਾ ਨਾਲ ਇਕੱਠੇ ਹੁੰਦੇ ਹਨ ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਊਗੀ ਡੋਰ ਟੂ ਡੋਰ ਕੈਂਪੇਨਿੰਗ ਜਿਹੜੀ ਹੈ ਉਹ ਚਲਦੀ ਰਹੇਗੀ ਪਰ ਕੋਈ ਵੀ ਸਪੀਕਰ ਵਾਲੀਆਂ ਗੱਡੀਆਂ ਕੱਲ ਸ਼ਾਮੀ 6 ਵਜੇ ਤੋਂ ਬਾਅਦ ਨਹੀਂ ਚੱਲ ਸਕਦੀਆਂ ਮੇਰੀ ਇਹੀ ਬੇਨਤੀ ਹੈ ਕਿ ਜਿਹੜੇ ਪਿੰਡਾਂ ਵਿੱਚ ਪਾਰਟੀਆਂ ਵੱਲੋਂ ਕੈਂਡੀਡੇਟਸ ਵੱਲੋਂ ਟੈਂਟ ਲਗਾਏ ਜਾਣੇ ਨੇ ਉਹ ਪੋਲਿੰਗ ਬੂਥ ਤੋਂ ਜਿਹੜਾ ਨਿਰਧਾਰਿਤ ਡਿਸਟੈਂਸ ਹੈ ਉਸ ਤੋਂ ਬਿਯੋਂਡ ਹੀ ਲਗਾਏ ਜਾਣ ਉਸ ਤੋਂ ਤੈ ਦੂਰੀ ਤੋਂ ਅੱਗੇ ਲਗਾਏ ਜਾਣ ਪੋਲਿੰਗ ਬੂਥਾਂ ਤੇ 20 ਤਰੀਕ ਨੂੰ ਆਪਣੇ ਮੋਬਾਈਲ ਪੋਲਿੰਗ ਬੂਥ ਦੇ ਅੰਦਰ ਲੈ ਜਾਣੇ ਸਖਤ ਮਨਾ ਹੈ ਸਾਰੇ ਵੋਟਰਾਂ ਨੂੰ ਮੈਂ ਹੀ ਸੂਚਿਤ ਕਰਨਾ ਚਾਹੁੰਦਾ ਕਿ ਆਪਣਾ ਜਿਹੜਾ ਮੋਬਾਈਲ ਫੋਨ ਹੈ ਉਹ ਪੋਲਿੰਗ ਬੂਥ ਤੋਂ ਬਾਹਰ ਹੀ ਰੱਖਿਆ ਜਾਵੇ ਆਪਣੀ ਜੋ ਵੋਟ ਦੀ ਤੁਹਾਡੇ ਮਤਦਾਨ ਦੀ ਜੋ ਸੀਕਰੇਸੀ ਹੈ ਉਸ ਨੂੰ ਵਾਇਲੇਟ ਨਹੀਂ ਕੀਤਾ ਜਾ ਸਕਦਾ ਯਾਨੀ ਤੁਹਾਡੇ ਮਤਦਾਨ ਨੂੰ ਜਗ ਜाहिर ਨਹੀਂ ਕੀਤਾ ਜਾ ਸਕਦਾ ਇਹ ਇੱਕ ਕਾਨੂੰਨੀ ਅਪਰਾਧ ਹੈ ਸੋ ਮੇਰੇ ਸੱਜਣ ਵੀਰ ਜਿਹੜੇ ਕਿ ਸੋਸ਼ਲ ਮੀਡੀਆ ਤੇ ਆਪਣਾ ਕੋਈ ਕਿਸੇ ਵਿਸ਼ੇਸ਼ ਪਾਰਟੀ ਲਈ ਕਿਸੇ ਵਿਸ਼ੇਸ਼ ਕੈਂਡੀਡੇਟ ਲਈ ਆਪਣਾ ਮਤ ਦੇ ਕੇ ਆਏ ਹੋਣ ਮਤਦਾਨ ਕਰਕੇ ਆਏ ਹੋਣ ਉਹਨਾਂ ਨੂੰ ਬੇਨਤੀ ਹੈ ਕਿ ਉਹ ਸੋਸ਼ਲ ਮੀਡੀਆ ਰਾਹੀਂ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਇਹ ਨਾ ਦੱਸਣ ਕਿ ਉਹ ਆਪਣਾ ਮਤ ਕਿਸ ਦੇ ਹੱਕ ਵਿੱਚ ਦੇ ਕੇ ਆਏ ਨੇ ਇਹੋ ਜਿਹਾ ਕਰਨ ਤੇ ਉਹਨਾਂ ਦੇ ਖਿਲਾਫ ਫੌਜਦਾਰੀ ਮੁਕੱਦਮਾ ਦਰਜ ਹੋਏਗਾ ਤੇ ਬਾਅਦ ਵਿੱਚੋਂ ਇਸ ਗੱਲ ਤੇ ਇਹ ਕਹਿਣਾ ਕਿ ਵੀ ਸਾਡੇ ਤੋਂ ਤਾਂ ਜੀ ਅਣਜਾਣੇ ਵਿੱਚ ਹੋ ਗਿਆ ਬਿਲਕੁਲ ਮੰਨਿਆ ਨਹੀਂ ਜਾਊਗਾ ਇਸ ਤੋਂ ਇਲਾਵਾ ਜਾਬਤਾ ਵਿੱਚ ਰਹਿੰਦੇ ਹੋਏ ਸਾਰਿਆਂ ਨੇ મતદાન ਕਰਨਾ ਹੈ ਪੋਲਿੰਗ ਬੂਥਾਂ ਤੇ ਕਿਸੇ ਵੀ ਪ੍ਰਕਾਰ ਦੀ ਕੋਈ ਹੁੱਲੜਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਤੁਹਾਡੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਅਮਨ ਸ਼ਾਂਤੀ ਨਾਲ ਖਿੜੇ ਮੱਥੇ ਜਾ ਕੇ ਤੁਸੀਂ ਆਪਣਾ ਮਤਦਾਨ ਕਰਕੇ ਆਣਾ 20 ਫਰਵਰੀ ਨੂੰ ಮತਦਾਨ ਦਾ ਹੱਕ ਹਰ ਵਿਅਕਤੀ ਵੱਲੋਂ ਸਹੀ ਤਰੀਕੇ ਨਾਲ ਇੰਜੋਏ ਕੀਤਾ ਜਾ ਸਕੇ ਵਰਤਿਆ ਜਾ ਸਕੇ ਉਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਇਹ ਛੁੱਟੀ ਨਾ ਕੇਵਲ ਸਰਕਾਰੀ ادارਿਆਂ ਲਈ ਹੋਊਗੀ ਬਲਕਿ ਦੁਕਾਨਾਂ ਲਈ ਬਾਜ਼ਾਰਾਂ ਲਈ ਵੀ ਇਹ ਫੈਕਟਰੀਆਂ ਲਈ ਵੀ ਇਹ ਛੁੱਟੀ ਦਾ ਦਿਨ ਹੈ ਤਾਂ ਕਿ ਜੋ ਵੀ ਕੰਮ ਕਰਨ ਵਾਲੇ ਕਾਮੇ ਨੇ ਉਹ ਆਪਣਾ ਮਤਦਾਨ ਕਰਕੇ ਹੀ ਆਪਣਾ ਅੱਗੇ ਦੂਜੇ ਕੰਮ ਤੇ ਜਾ ਸਕਣ ਸੋ ਮੇਰੀ ਬੇਨਤੀ ਹੈ ਜੇ ਇਹੋ ਜੀ ਕੋਈ ਸ਼ਿਕਾਇਤ ਵੀ ਤੁਹਾਡੇ ਵੱਲੋਂ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਤੁਹਾਨੂੰ ਮਤਦਾਨ ਨਹੀਂ ਕਰਨ ਦਿੱਤਾ ਜਾ ਰਿਹਾ ਉਹ ਛੁੱਟੀ ਨਹੀਂ ਉਹਨਾਂ ਨੇ ਕੋਸ਼ਿਸ਼ ਕੀਤੀ ਤਾਂ ਇਹ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ 'ਚ ਲਿਆਈ ਜਾਵੇ ਤਾਂ ਕਿ ਉਸ ਅਦਾਰੇ ਦੇ ਖਿਲਾਫ ਉਸ ਵਿਅਕਤੀ ਵਿਸ਼ੇਸ਼ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ ਅੰਤ ਵਿੱਚ ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਇਹੀ ਬੇਨਤੀ ਕਰਾਂਗਾ ਕਿ ਜਿਹੜਾ ਇਹ ਸਾਡਾ ਤਿਉਹਾਰ ਹੈ ਡੈਮੋਕ੍ਰੇਸੀ ਦਾ ਲੋਕਤੰਤਰ ਦਾ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਆਪਣੇ ಮತਦਾਨ ਰਾਹੀਂ ਆਪਣੇ ਆਉਣ ਵਾਲੇ ਭਵਿੱਖ ਦੀ ਇੱਕ ਸੋਹਣੀ ਸਿਰਜਣਾ ਕਰੋ ਧੰਨਵਾਦ